ਪਿਆਰੇ ਵੇਖਣ ਵਾਲਿਓ ਇਹ ਵਿਸਾਖ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸਾਡੇ ਦੇਸ਼ ਪੰਜਾਬ ਦੇ ਵਿੱਚ ਕਣਕਾਂ ਪੱਕ ਜਾਂਦੀਆਂ ਨੇ ਕਟਾਈਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲ ਜਾਂਦਾ ਹੈ ਕਣਕਾਂ ਗਾਹ ਲੈਂਦੇ ਨੇ ਸਾਡੇ ਜ਼ਿਮੀਦਾਰ ਕਾਸ਼ਤਕਾਰ ਭਰਾ ਇਸ ਲਈ ਸਾਡੇ ਦੇਸ਼ ਪੰਜਾਬ ਦੇ ਵਡਕੇ ਸਾਡੇ ਸੂਜਵਾਨ ਸਾਡੇ ਵਿਦਵਾਨ ਅਖਾਨ ਪਾਉਂਦੇ ਨੇ ਪਈ ਜਟਾ ਆਈ ਵਿਸਾਖੀ ਤੇ ਮੁੱਕ ਗਈ ਕਣਕਾਂ ਦੀ ਰਾਖੀ ਸਹਬੋ ਇੱਕ ਕਣਕ ਕਿਵੇਂ ਉਗਾਈ ਜਾਂਦੀ ਏ ਜਦੋਂ ਪੱਕਦੀ ਏ ਦੀ ਕਟਾਈ ਕਿਵੇਂ ਹੁੰਦੀ ਏ ਕਿਸ ਤਰ੍ਹਾਂ ਕਣਕ ਨੂੰ ਗਾਇਆ ਜਾਂਦਾ ਏ ਤੇ ਕਿੱਡੀ ਮਿਹਨਤ ਮੁਸ਼ਕਲ ਸਾਡੇ ਜ਼ਿਮੀਦਾਰਾਂ ਦੀ ਸਾਡੇ ਕਾਸ਼ਤਕਾਰਾਂ ਦੀ ਸਾਡੇ ਖੇਤ ਮਜ਼ਦੂਰਾਂ ਦੀ ਹਾਰੀਆਂ ਦੀ ਕਿੰਨੀਆਂ ਔਕੜਾਂ ਚੱਲਣ ਤੋਂ ਬਾਅਦ ਕਣਕ ਉਗਾ ਕੇ ਉਹ ਸਾਡੇ ਤਾਂ ਹੀ ਪਹੁੰਚਾਉਂਦੇ ਨੇ ਅਸੀਂ ਤਾਂ ਸਿਰਫ ਪੱਕੀ ਪਕਾਈ ਰੋਟੀ ਖਾ ਲੈਨੇ ਆ ਇਹਦੇ ਪਿੱਛੇ ਕਿੰਨੇ ਲੋਕਾਂ ਦੀਆਂ ਦਿਨ ਦੀਆਂ ਤੇ ਰਾਤਾਂ ਦੀਆਂ ਮਿਹਨਤਾਂ ਨੇ ਇਹ ਸਾਰੀਆਂ ਗੱਲਾਂ ਦੱਸਣ ਲਈ ਤੇ ਬਿਲ ਖਸੂਸ ਆਪਣੀ ਅਜੋਕੀ ਪੀੜੀ ਜਿਹੜੇ ਸਾਡੇ ਅੱਜ ਕੱਲ ਦੇ ਬੱਚੇ ਨੇ ਸਾਡੀ ਅੱਜ ਕੱਲ ਦੀ ਨਵੀਂ نسل ਹੈ ਉਹਨਾਂ ਨੂੰ ਇਹ ਦੱਸਣ ਲਈ ਕਿ ਅੱਜ ਤੋਂ ਨਿصف ਸਦੀ ਪਹਿਲੇ 50 ਵਰੇ ਪਹਿਲੇ ਸਾਡੀਆਂ ਕਣਕਾਂ ਕਿਵੇਂ ਉਗਾਈਆਂ ਜਾਂਦੀਆਂ ਸਨ ਜਦੋਂ ਹਰ ਕੰਮ ਦਸਤੀ ਕੀਤਾ ਜਾਂਦਾ ਸੀ ਹੱਥ ਦੇ ਨਾਲ ਕਿੰਨਾ ਵਕਤ ਦੇਰਕਾਰ ਹੁੰਦਾ ਸੀ ਫਿਰ ਉਸ ਤੋਂ ਬਾਅਦ ਥਰੇਸ਼ਰ ਆਏ ਫਿਰ ਉਹਨ ਹਾਰਵੈਸਟਰ ਮਸ਼ੀਨਾਂ ਆਈਆਂ ਹੁਣ ਕਿੰਨੀਆਂ ਸਾਡੇ ਕਾਸ਼ਤਕਾਰ ਨੂੰ ਜ਼ਿੰਮੇਵਾਰ ਨੂੰ ਸਹੂਲਤਾਂ ਮਿਲ ਚੁੱਕੀਆਂ ਨੇ ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਦੱਸਣ ਲਈ ਅੱਜ ਦਾ ਸਪੈਸ਼ਲ ਵਲੌਗ ਬਣਾਉਣ ਵਾਸਤੇ ਗੁਜਰਾਂਵਾਲਾ ਦੇ ਲਾਗੇਲੇ ਪਿੰਡ ਵਡਾਲਾ ਸੰਧੂ ਆਏ ਆ ਸਾਡੇ ਨਾਲ ਕੁਝ ਸਾਡੇ ਜ਼ਿੰਮੇਦਾਰ ਕਾਸ਼ਤਕਾਰ ਭਰਾ ਮੌਜੂਦ ਨੇ ਉਹਨਾਂ ਦੀਆਂ ਬੜੀਆਂ ਮਿੱਠੜੀਆਂ ਬੜੀਆਂ ਮਨ ਠਾਰ ਗੱਲਾਂ ਤੁਹਾਨੂੰ ਸੁਣਾਵਾਵਾਂਗੇ ਤੇ ਆਓ ਫਿਰ ਗੱਲਬਾਤ ਦਾ ਮੋੜ ਬਨਨੇ ਆ ਆਪਣੇ ਦੋਸਤ ਲਿਆਕਤ ਅਲੀ ਖਾਨ ਸਾਹਿਬ ਹੋਰਾਂ ਦੇ ਨਾਲ ਗੱਲ ਕਰਕੇ ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਅੱਛਾ ਖਾਨ ਸਾਹਿਬ ਸਾਡੇ ਵਿਊਅਰਸ ਨੂੰ ਇਹ ਦੱਸੋ ਸਾਡੇ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਸਾਡੇ ਬੱਚੇ ਸਾਡੇ ਸ਼ਹਿਰਾਂ ਦੇ ਵਸਨ ਵਾਲੇ ਉਹਨਾਂ ਨੂੰ ਤੇ ਵੀ ਨਹੀਂ ਪਤਾ ਕਣਕਾਂ ਦੇ ਪੌਦੇ ਹੁੰਦੇ ਨੇ ਕਿ ਦਰਖਤ ਹੁੰਦੇ ਨੇ ਹਾਂਜੀ ਇਹ ਦੱਸੋ ਕਿ ਅੱਜ ਤੋਂ 50 ਸਾਲ 60 ਸਾਲ ਪਹਿਲੇ ਜਦੋਂ ਅਸੀਂ ਨਿੱਕੇ ਨਿੱਕੇ ਹਾਂ ਉਦੋਂ ਤੇ ਇਹ ਹਥਾਣ ਵਾਲੀ ਸਾਰਾ ਕੰਮ ਹੁੰਦਾ ਸੀ ਸਾਰੀਆਂ ਕਟਾਈਆਂ ਹਥਾ ਨਾਲ ਹੋਣੀਆਂ ਇੱਕ ਕਿਲਾ ਕਣਕ ਕੱਟਣ ਦੇ ਉੱਤੇ ਵੀ ਸਵੇਰ ਤੋਂ ਲੈ ਕੇ ਦਿਲ ਤੇ ਸ਼ਾਮ ਪੈ ਜਾਣੀ ਫਿਰ ਉਹਨੂੰ ਗਾਇਆ ਜਾਣਾ ਫਲਿਆਂ ਦੇ ਨਾਲ ਉਹ ਕੀ ਨਿਜ਼ਾਮ ਹੁੰਦਾ ਸੀ ਜਰਾ ਸਾਰਾ ਸੁਣਾਓ ਬੱਚਿਆਂ ਨੂੰ ਗੰਧਮ ਦੀ ਤਿਆਰੀ ਹੋਣ ਤੋਂ ਬਾਅਦ ਦੋ ਚਾਰ ਮਜ਼ਦੂਰ ਉਹਦੇ ਚ ਖਵਾਤਿਨ ਵੀ ਲਾ ਲਓ ਗਰੀਬ ਦਿਹਾੜੀਆਂ ਦੀਆਂ ਮਿਹਨਤ ਮਜ਼ਦੂਰੀ ਕਰਨ ਵਾਲੀਆਂ ਖਵਾਤਿਨ ਮਰਦਾਂ ਦੇ ਨਾਲ ਸ਼ਾਨਾ ਬਿਸ਼ਾਨਾ ਉਸ ਕਟਾਈ ਚ ਹਿੱਸਾ ਲੈਂਦੀਆਂ ਸਨ ਜੀ ਜਿਹੜੀ ਕਟਾਈ ਕਰ ਉਹ ਫਸਲ ਕਟਾਈ ਕਰਕੇ ਤਕਰੀਬਨ 4-5 ਬੰਦੇ ਇੱਕ ਏਕੜ ਨੂੰ ਸ਼ਾਮ ਤੱਕਾਂ ਕੱਟ ਲੈਂਦੇ ਸਨ ਉਦੋਂ ਬਾਅਦ ਫਿਰ ਉਹਨਾਂ ਨੇ ਉਹਦੀਆਂ ਭਰੀਆਂ ਪਾਣੀਆਂ ਭਰੀਆਂ ਪਾ ਕੇ ਫਿਰ ਮਰਲੀਆਂ ਲਾਣੀਆਂ ਉਹ ਯਾਨੀ ਮਰਲੀਆਂ ਤੋਂ ਮੁਰਾਦ ਇੱਕ ਜਗ੍ਹਾ ਤੇ ਇਕੱਠੀਆਂ ਕਰਨਾ ਇਹ ਪ੍ਰੋਸੈਸ ਚੱਲਦਾ ਰਹਿਣਾ ਉਦੋਂ ਬਾਅਦ ਜਦੋਂ ਵੇਖਣਾ ਕਿ ਉਸ ਕਾਸ਼ਤਕਾਰ ਦੀ ਕਿਸਾਨ ਦੀ ਫਸਲ ਪੂਰੀ ਦੀ ਪੂਰੀ ਕਟਕਦੀ ਏ ਫਿਰ ਇੱਕ ਕਾਠੀ 베ਰੀ ਕਾਠੀ 베ਰੀ ਨੂੰ ਕੱਟ ਕੇ ਉਹਦੀਆਂ ਮੋੜੀਆਂ ਲੈ ਕੇ ਤੇ ਬਾਂਸਾਂ ਦੇ ਨਾਲ ਇੱਕ ਫੱਟਾ ਨਮਾਜ਼ ਤਖਤਾ ਨਮਾ ਬਣਾ ਕੇ ਉਹਦੇ ਵਿੱਚ ਉਹਨਾਂ ਨੂੰ ਲਾਣਾ ਬੇਰੀ ਦੀਆਂ ਉਹਨਾਂ ਸ਼ਾਖਾਂ ਨੂੰ ਤਾਂ ਕਿ ਉਹਨਾਂ ਦੀ ਵਜ੍ਹਾ ਨਾਲ ਗੰਧਮ ਦੇ ਜਿਹੜੇ ਸ਼ਾਖਾ ਸ਼ਾਖਾਂ ਨੇ ਖੁਸ਼ੇ ਨੇ ਖੁਸ਼ੇ ਨੇ ਕਿ ਸਟੇ ਆ ਜਦੋਂ ਦਾਣੇ ਨਿਕਲ ਆਉਣ ਉਹਦੇ ਅਜਿਹਾ ਇੱਕ ਸਰਕਲ ਦੇ ਵਿੱਚ ਗੋਲਦਾਰੇ ਦੇ ਵਿੱਚ ਫਿਰ ਉਹਨ ਭਰੀਆਂ ਨੂੰ ਖੋਲ ਕੇ ਤੇ ਵਿਛਾ ਦੇਣਾ ਉਹਦੇ ਉੱਤੇ ਉਹ ਧਰ ਕੇ ਤਖਤਾ ਜਿਹਾ ਤੇ ਫੇਰ ਬਾਂਸ ਦੀ ਮਦਦ ਨਾਲ ਜਾਂ ਬੈਲ ਦੀ ਮਦਦ ਨਾਲ ਉਹਦੇ ਉੱਤੇ ਉਹਨਾਂ ਨੇ ਚੱਕਰ ਲਾਣੇ ਇੱਕ ਬੰਦੇ ਨੇ ਉਹਨਾਂ ਨੂੰ ਚਲਾਣਾ ਤੇ ਦੂਸਰੇ ਬੰਦੇ ਨੇ ਤਰੰਗਲੀ ਕਹਿੰਦੇ ਸਨ ਉਹਨੂੰ ਜਿਸਰਾ ਅੱਜਕੱਲ ਉਹ ਚਮਚਾ ਹੁੰਦਾ ਹੈ ਹਾਂਜੀ ਫੁੱਲ ਹਾਂਜੀ ਫੁੱਲਣ ਵਾਲੀ ਤਰੰਗਲੀ ਹੁੰਦੀ ਸੀ ਉਹਨੇ ਉਹਦੇ ਨਾਲ ਅੱਜਕੱਲ ਜਦੋਂ ਸੀ ਪਿਆਰੇ ਬੱਚਿਓ ਜਦੋਂ ਅੱਜਕੱਲ ਅਸੀਂ ਖਾਣਾ ਖਾਂਦੇ ਆ ਤਾਂ ਸਾਡੇ ਘਰ ਟੇਬਲ ਦੇ ਉੱਤੇ ਟੇਬਲ ਸਪੂਨ ਰੱਖਿਆ ਜਾਂਦਾ ਨਾਲ ナイフ ਹੁੰਦਾ ਛੁਰੀ ਕਾਂਟਾ ਜਿੰਨੂੰ ਅਸੀਂ ਆਖਨੇ ਆ ਉਹ ਕਾਂਟਾ ਜਿੰਨੂੰ ਕੋ ਇੰਗਲਿਸ਼ ਵਿੱਚ ਫੋਰਕ ਕਹਿੰਦੇ ਨੇ ਉਹ ਉਸੇ ਤਰ੍ਹਾਂ ਦਾ ਕਾਂਟੇ ਦੀ ਸ਼ਕਲ ਦੀ ਇੱਕ ਤਰੰਗਲੀ ਹੁੰਦੀ ਸੀ ਇੰਜ ਕਰਕੇ ਉਹਦੇ ਅੱਗੇ ਲੋਹੇ ਦੀਆਂ ਲੋਹੇ ਦੀਆਂ ਹਾਂ ਤੇ ਪਿੱਛੇ ਲੱਕੜੀ ਹੁੰਦੀ ਸੀ ਹਾਂ ਉਹਦੇ ਨਾਲ ਇੰਜ ਕਣਕ ਨੂੰ ਫਰੋਲਦੇ ਸਾਨੂੰ ਤਾਂ ਸੁੱਟਦੇ ਸਨ ਉਹ ਪੈ ਸੁਣਾਉਂਦੇ ਨੇ ਤੇ ਉਹ ਉਹਦੇ ਨਾਲ ਫਰੋਲਦੇ ਸਨ ਤੇ ਇਸ ਤਰ੍ਹਾਂ ਉਹਨਾਂ ਕੋਈ 2 ਦਿਨ 3 ਦਿਨ ਉਹਦਾ ਚੱਕਰ ਲੱਗਦਾ ਸੀ 1 ਏਕੜ ਦੀ ਇੱਕ ਏਕੜ ਦੀ ਵਸਾਈ ਵਾਸਤੇ ਇੱਕ ਏਕੜ ਨੂੰ ਉਹ ਗੰਧਮ ਕੱਢਣ ਵਾਸਤੇ ਤਕਰੀਬਨ ਇੱਕ ਏਕੜ ਦੇ ਵਿੱਚੋਂ ਜੇ 526 ਮਣ ਕਣਕ ਉਦੋਂ ਨਿਕਲਦੀ ਸੀ ਅੱਜ ਕੱਲ ਤੇ ਝਾੜ ਜ਼ਿਆਦਾ ਹੈ ਨਾ ਜੀ ਜ਼ਿਆਦਾ ਖਾਦਾਂ ਪੈਂਦੀਆਂ ਨੇ ਜ਼ਿਆਦਾ ਪੈਸਟੀਸਾਈਡ ਜ਼ਰੀਏਦ ਵੀ ਆਦ ਦਾ ਇਸਤੇਮਾਲ ਹੁੰਦਾ ਉਦੋਂ 530 ਕਿੱਲੇ ਬੜੀ ਸਾਨ ਜਿਹੜੀ ਪਹਿਲੀ ਸੀ ਉਹਦੇ ਵਿੱਚੋਂ ਮੈਂ ਨਿਕਲਦੀ ਸੀ 530 ਮਣ ਪੈਦਾਵਾਰ ਬੜੇ ਸਾਨ ਕਿੱਲੇ ਚੋਂ ਵੱਡੇ ਜ਼ਿਮੀਦਾਰ ਜਿਹੜੇ ਹਨ ਬੜੀ ਮਿਹਨਤ ਕਰਦੇ ਹਨ ਉਹਨਾਂ ਦੀ ਨਿਕਲਦੀ ਸੀ ਤੇ ਉਸ ਪੰਜੀਤਰੀ ਮੰਨ ਨੂੰ ਉਹਦੇ ਵਿੱਚ ਉਹਦੇ ਵਿੱਚੋਂ ਗਾ ਕੇ ਦਾਣੇ ਕੱਢਣੇ ਸਿੱਟਿਆਂ ਦੇ ਵਿੱਚੋਂ ਉਹਦੇ ਦੇ ਖਾਂ ਹੋਰੀ ਪੈ ਫਰਮਾਂਦੇ ਨੇ ਕਿ ਇੱਕ ਦਿਹਾੜੀ ਵਿੱਚ ਕਟਾਈ ਤੇ ਕਿੱਲੇ ਦੀ ਹੋ ਜਾਂਦੀ ਸੀ ਇੱਕ ਏਕੜ ਦੀ ਲੇਕਿਨ ਉਹਦੇ ਜੋ ਦਾਣੇ ਕੱਢਦੇ ਆ ਦਿਲਚਾ ਦੋ ਤਿੰਨ ਦਿਨ ਲੱਗ ਜਾਂਦੇ ਆ ਇੱਕ ਏਕੜ 'ਚ ਇੱਕ ਕਿੱਲੇ 'ਚ ਇੱਕ ਏਕੜ ਇੱਕ ਕਾਜ਼ਮੀ ਨੇ ਫਰੋਲਦੇ ਰਹਿਣਾ ਉਹਨੂੰ ਯਾਨੀ ਟਿਖਲੇ ਕਰਦੇ ਰਹਿਣਾ ਚਾਰ ਦਿਨਾਂ ਦੇ ਵਿੱਚ 20-25 ਮਾਣ ਕਣਕ ਜਿਹੜੀ ਏ ਉਹਨੂੰ ਫਸਲ ਤੋਂ ਅਲੱਗ ਕਰਨਾ ਯਾਨੀ ਨਾੜ ਤੋਂ ਉਹ ਟਾਂਡਾ ਜਿਹੜਾ ਸੀ ਜਿਹਦੇ ਉੱਤੇ ਸਿੱਟਾ ਕਣਕ ਦਾ ਉੱਗਿਆ ਹੁੰਦਾ ਐ ਐਡਾ ਮਿਹਨਤ ਵਾਲਾ ਇਹ ਅਮਲ ਸੀ ਫਿਰ ਉਹਨੂੰ ਇਕੱਠਿਆਂ ਕਰਕੇ ਫਿਰ ਉਹਦੀ ਅਢਾਈ ਲਾਣੀ ਹਾਂ ਫਿਰ ਗੰਧਮ ਇੱਕ ਪਾਸੇ ਹੋ ਜਾਂਦੀ ਸੀ ਤੂੜੀ ਇੱਕ ਪਾਸੇ ਹੋ ਜਾਂਦੀ ਹਾਂ ਤੇ ਫਿਰ ਜਿਹਦੇ ਕੋਲ ਆਪਣੀ ਸਵਾਰੀ ਸੀ ਮਤਲਬ ਗੱਦਾ ਗਾੜੀ ਹੋ ਗਈ ਇਆ ਕੋ ਹੋਰ ਤਰੀਕਾਕਾਰ ਹੋ ਗਿਆ ਫਿਰ ਜਦੋਂ ਸਾਰੀ ਪੈਰੀ ਨੂੰ ਇਸ ਤਰ੍ਹਾਂ ਇਕੱਠਿਆਂ ਕਰਕੇ ਤੇ ਬੋਲ ਬਾਂਦੇ ਸੰਨਾ ਉਹਨੂੰ ਬੋਲ ਆਂਦੇ ਨੇ ਯਾਨੀ ਇਕੱਠੀ ਕਰ ਲੈਣੀ ਉਹਦਾ ਢੇਰ ਲਾ ਦਿਆ ਢੇਰ ਵੱਡਾ ਢੇਰ ਨੂੰ ਪੰਜਾਬੀ ਚ ਬੋਲ ਆਂਦੇ ਨੇ ਜਦੋਂ ਬੋਲ ਬਹਿਣਾ ਤੇ ਫਿਰ ਕਾਸ਼ਤਕਾਰ ਨੇ ਕਿਸਾਨ ਨੇ ਜ਼ਿਮੀਂਦਾਰ ਨੇ ਖੁਦਾ ਦਾ ਵੀ ਸ਼ੁਕਰ ਅਦਾ ਕਰਨਾ ਤੇ ਦਿਲ ਦੇ ਵਿੱਚ ਖੁਸ਼ੀ ਵੀ ਹੋਣੀ ਕਿ ਖੁਦਾ ਤਾਲਾ ਨੇ ਅੱਜ ਮੇਰੀ ਮਿਹਨਤ ਦਾ ਫਲ ਦਿੱਤਾ ਉਹਦੇ ਵਿੱਚ ਦਿਹਾੜ ਦੇ ਵਿੱਚ ਜਿਹੜੇ ਉਸ ਜ਼ਿਮੀਂਦਾਰ ਨਾਲ ਕਾਸ਼ਤਕਾਰ ਨਾਲ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਸਨ ਮਾੜੇ ਲੋਕ ਯਾਨੀ ਤਰਖਾਨ ਹਜਾਮ ਲੋਹਾਰ ਜਿਹੜੇ ਕਟਾਈ ਦੇ ਦੌਰਾਨ ਪਾਣੀ ਪਿਆਣ ਵਾਲੇ ਲੋਕ ਸਨ ਉਹਨਾਂ ਉਹਨਾਂ ਨੂੰ ਫਿਰ ਬੁਲਾਉਂਦੇ ਨੇ ਬਾਸੀ ਧੋਬੀ ਨਾਈ ਸਾਡੇ ਜਿਹਨਾਂ ਨੂੰ ਸਰਵਿਸੇਸ ਲੈਂਦੇ ਸਨ ਪਿੰਡ ਦੇ ਹਾਂਜੀ ਹੁਨਰਮੰਦ ਲੋਕ ਹਾਂਜੀ ਜਿਨ੍ਹਾਂ ਨੂੰ ਪੂਰਾ ਸਾਲ ਆਪਣੀਆਂ ਜ਼ਰੂਰੀਆਂ ਤੇ ਜ਼ਿੰਦਗੀ ਪੂਰੀਆਂ ਕਰਦੇ ਸਨ ਉਹਨਾਂ ਲੋਕਾਂ ਨੇ ਆਉਣਾ ਹੈ ਪਹਿਲਾਂ ਜ਼ਿੰਮੇਦਾਰ ਨੇ ਉਹਨਾਂ ਦਾ ਹੱਕ ਦੇਣਾ ਹੈ ਉਹਨਾਂ ਨੂੰ ਦੇਖ ਕੇ ਗਰੀਬ ਗੁਬਰੀ ਗੁਰਬੀਆਂ ਨੂੰ ਦੇਖ ਕੇ ਸਦਕਾ ਅਖੀਂ ਹੱਥ ਕੱਢ ਕੇ ਸਦਕਾ ਖਰਾ ਦੇ ਕੇ ਫਿਰ ਜਿਹੜੀ ਫਸਲ ਬਚਣੀ ਹੈ ਉਹਨੂੰ ਆਪਣੇ ਘਰ ਜਾਂ ਮੰਡੀ ਤੱਕ ਪਹੁੰਚਾਣਾ ਆਪਣੇ ਚਲੋ ਪਰੋਲਿਆ ਜਿੰਨੇ ਸਾਲ ਜੋਗੀ ਆਪ ਰੱਖਣੇ ਹੈ ਕਿਸੇ ਭੈਣ ਭਰਾਤੀ ਭੈਣ ਨੂੰ ਖਲਣੀ ਹੈ ਘਰ ਕੇ ਉਸ ਤੋਂ ਬਾਅਦ ਫਿਰ ਵੰਦੀ ਜਿਹੜੀ ਉਹਨੂੰ ਮੰਡੀ ਵੇਚ ਲੈਣਾ ਫਿਰ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨੀਆਂ ਕਿਸੇ ਨੇ ਆਪਣੀ ਬੱਚੀ ਦੀ ਸ਼ਾਦੀ ਕਰਨੀ ਹੈ ਕਿਸੇ ਨੇ ਮਕਾਨ ਬਣਾਉਣਾ ਹੈ ਜ਼ਿਮੀਦਾਰ ਬਹਰ ਹਾਲ ਜਦੋਂ ਉਹਦੀ ਫਸਲ ਪੱਕ ਕੇ ਵਿਕ ਜਾਂਦੀ ਸੀ ਉਹਦੀਆਂ ਡੱਬਾਂ 'ਚ ਪੈਸੇ ਆ ਜਾਂਦੇ ਹਨ ਤੇ ਉਹ ਖੁਸ਼ਹਾਲ ਹੋ ਜਾਂਦਾ ਸੀ ਲੇਕਿਨ ਇਹ ਬੜਾ ਤਕਲੀਫ ਦੇ ਤੇ ਬੜਾ ਦੇਰ ਪਾ ਅਮਲ ਸੀ ਉਦੋਂ ਕਨਕ ਦੀ ਕਟਾਈ ਤੇ ਕਨਕ ਦੀ ਗਹਾਈ ਫਿਰ ਜਦੋਂ ਜ਼ਰੀ ਸਾਡੀ ਜਿਹੜੀ ਮਸ਼ੀਨਰੀ ਹੈ ਉਹਦੇ ਵਿੱਚ ਵਾਂਦਾ ਹੋਇਆ ਸਾਡੇ ਕਾਸ਼ਤਕਾਰ ਨੇ ਨਵੀਆਂ ਜ਼ਰੀਏ ਲਾਤ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਤੇ ਪਹਿਲੇ ਪਿਆਰਿਓ ਸਭ ਤੋਂ ਪਹਿਲੇ ਥਰੇਸ਼ਰ ਮਸ਼ੀਨਾ ਆਈਆਂ ਉਹ ਥਰੇਸ਼ਰ ਮਸ਼ੀਨਾ ਐਸੀਆਂ ਸਨ ਕਿ ਕਟਾਈ ਤੇ ਫੇਰ ਵੀ ਹੱਥਾਂ ਨਾਲ ਹੀ ਕਰਨੀ ਪੈਂਦੀ ਸੀ ਕਣਕ ਦੀ ਪੂਰੀ ਜਿੰਨੀ ਕਣਕ ਉੱਗੀ ਹੁੰਦੀ ਸੀ ਜ਼ਮੀਂਦਾਰ ਦੀ ਉਹ ਵਾਢੇ ਲਾ ਕੇ ਹੱਥਾਂ ਨਾਲ ਹੀ ਕਟਾਈ ਕਰਵਾਉਂਦਾ ਸੀ ਲੇਕਿਨ ਉਸ ਤੋਂ ਬਾਅਦ ਹਾਰਵੈਸਟਰ ਮਸ਼ੀਨ ਦੇ ਵਿੱਚ ਉਹਨੂੰ ਗੰਦੇ ਸਨ ਉਹ ਫਲਿਆਂ ਵਾਲਾ ਜਿਹੜਾ ਨਿਜ਼ਾਮ ਸੀ ਉਹ ਖਤਮ ਹੋ ਗਿਆ ਜ਼ਰੀ ਸਾਡੀ ਜਿਹੜੀ ਜ਼ਰਾਤ ਹੈ ਉਹਦੇ ਵਿੱਚ ਤਰੱਕੀ ਹੋਈ ਜ਼ਰੀਆ ਲਾਤ ਨਵੇਂ ਆਏ ਔਰ ਥਰੇਸ਼ਰ ਆ ਗਿਆ ਫੇਰ ਕੀ ਜ਼ਿਮੀਦਾਰ ਨੂੰ ਸਹੂਲਤ ਹੋਈ ਆਹ ਪਾ ਜੀ ਨੂੰ ਪੁੱਛ ਰਿਹਾ ਹਾਂ ਜੀ ਹਾਜੀ ਸਾਹਿਬ ਹੁਣ ਜਰਾ ਦੱਸੋ ਤੁਸੀਂ ਕਿ ਜਦੋਂ ਤੁਸਾਂ ਦੇ ਹੱਥੀ ਫਲਿਆਂ ਨਾਲ ਵੀ ਕੀਤੀ ਹੋਣੀ ਹੈ ਗਾਹੀ ਹਾਂਜੀ ਉਸ ਤੋਂ ਬਾਅਦ ਜਦੋਂ ਥਰੇਸ਼ਰ ਆ ਗਿਆ ਫੇਰ ਕੀ ਤੁਹਾਨੂੰ ਫਾਇਦਾ ਆਇਆ ਜ਼ਿਮੀਦਾਰਾਂ ਨੂੰ ਥਰੇਸ਼ਰ ਦਾ ਸਾਨੂੰ ਇਹ ਫਾਇਦਾ ਹੋਇਆ ਕਿ ਉਹ ਫਲਿਆਂ ਵਾਲਾ ਜਿਹੜਾ ਕੰਮ ਗਾਣ ਗੂਣ ਵਾਲਾ ਜਿਹੜਾ ਸੀ ਨਾ ਕਟਾਈ ਤੇ ਹੱਥ ਨਾਲ ਹੀ ਕਰਦੇ ਸਾਂ ਹਾਂਜੀ ਲੇਕਿਨ ਉਹ ਥਰੇਸ਼ਰ ਦਾ ਆਏ ਸੀ ਕਿ ਜੋ ਗਾਣ ਗੂਣ ਵਾਲਾ ਮਸਲਾ ਫਲਿਆਂ ਵਾਲਾ ਜਿਹੜਾ ਉਹ ਖਤਮ ਹੋ ਗਿਆ ਉਹਦੇ ਚ ਸੀ ਥਰੇਸ਼ਰ ਲਾਣੀ ਟਰੈਕਟਰ ਨੇ ਚਲਾਣੀ ਤੋਂ ਉਦੋਂ ਪਹਿਲਾਂ ਥਰੇਸ਼ਰ ਆਏ ਹਨ ਠਿੱਕਾਂ ਨਾਲੇ ਉਹ ਦੱਥਾ ਠਿੱਕ ਕੇ ਲਾਣਾ ਪੈਂਦਾ ਸੀ ਜੀ ਉਸ ਤੋਂ ਬਾਅਦ ਥਰੇਸ਼ਰ ਆਏ ਦੱਥਾ ਵਿੱਚ ਸੁੱਟ ਕੇ ਉਹ ਥਰੇਸ਼ਰ ਖਿੱਚ ਲੈਂਦਾ ਹਾਂ ਇੰਨਾ ਕੋ ਫਾਇਦਾ ਹੋ ਗਿਆ ਕੋ ਗਾਹਣ ਵਾਲਾ ਜਿਹੜਾ ਮਸਲਾ ਸੀ ਨਾ ਉਹ ਖਤਮ ਹੋ ਗਿਆ ਤੇ ਫਰੈਸ਼ਰ ਨਾਲ ਇਹ ਵੇਖ ਕੇ ਚਲੋ ਸਾਧਿਆੜੀ ਪੰਜ ਚਾਰ ਕਿੱਲੇ ਜਿਹੜੇ ਹਨ ਨਾ ਉਹ ਕੱਢ ਛੜਦਾ ਸੀ ਉਹ ਜਿਵੇਂ ਗਾਹ ਕੇ ਫਲਿਆਂ ਨਾਲ ਹਾਂਜੀ ਇੰਨਾ ਦਿਨਾਂ ਚ ਕਿੱਲਾ ਕਣਕ ਕੱਢੀਦੀ ਸੀ ਫਰੈਸ਼ਰ ਜਿਹੜਾ ਉਹ ਇੱਕ ਦਿਨ ਚ ਤਰੇ ਚਾਰ ਕਿੱਲਿਆਂ ਦੀ ਕਣਕ ਕੱਢ ਸਕਦਾ ਹਾਂਜੀ ਪੰਜ ਚਾਰ ਕਿੱਲੇ ਜਿਹੜੇ ਹਨ ਨਾ ਉਹ ਉਹ ਗਾ ਲੈ ਕੱਢ ਛੜਦਾ ਸੀ ਦਾਣੇ ਅਲੱਗ ਕਰ ਛੜਨੇ ਤੂੜੀ ਅਲੱਗ ਕਰ ਛੜ ਅੱਛਾ ਇੱਕ ਹੋਰ ਗੱਲ ਇਹ ਦੱਸੋ ਕਿ ਤੂੜੀ ਤੇ ਜਦੋਂ ਫਲਿਆਂ ਨਾਲ ਹੁੰਦੀ ਸੀ ਗਾਈ ਉਦੋਂ ਵੀ ਤੇ ਤੂੜੀ ਤੇ ਉਦੋਂ ਵੀ ਬਣਦੀ ਸੀ ਬਿਲਕੁਲ ਤੂੜੀ ਬਣਦੀ ਉਹ ਤੂੜੀ ਚੰਗੀ ਸੀ ਜਾਂ ਫਰੇਸ਼ਰ ਦੀ ਤੂੜੀ ਚੰਗੀ ਸੀ ਵੇਖੋ ਉਦੋਂ ਉਸ ਹਾਬ ਨਾਲ ਤੂੜੀ ਉਦੋਂ ਚਲਦੀ ਵੀ ਉਸ طرح ਹੀ ਸੀ ਉਹ ਜਿਹੜਾ ਮਲੈਮ ਹੋ ਜਾਂਦੀ ਸੀ ਤੂੜੀ ਉਹ ਡੰਗਰ ਉਹ ਵੀ ਸਹੀ ਖਾਂਦੇ ਆ ਉਹ ਉਹ ਬਰੀਕ ਹੁੰਦੀ ਸੀ ਬਰੀਕ ਹੁੰਦੀ ਸੀ ਉਹਦੇ ਅਡਾਈ ਜਦੋਂ ਕਰਦੇ ਹਨ ਘੱਟਾ ਮਿੱਟੀ ਜਿਹੜਾ ਹੈ ਨਿਕਲ ਜਾਂਦਾ ਉਹ ਫਿਰ ਮੂਆਸ਼ੀ ਜਿਹੜੇ ਹਨ ਬੜੇ ਖੁਸ਼ ਹੋ ਕੇ ਖਾਂਦੇ ਆ ਫਿਰ ਫਰੇਸ਼ਰ ਦੀ ਵੀ ਤੂੜੀ ਅੱਛੀ ਸੀ ਥ੍ਰੈਸ਼ਰ ਦੀ ਵੀ ਔੜ ਦੇ ਦੂਰ ਜਾਂਦੀ ਓਦੇ ਚੋਂ ਵੀ ਕੱਟਾ ਮਿੱਟੀ ਔਦੇ ਚੋਂ ਵੀ ਕੱਟਾ ਮਿੱਟੀ ਨਿਕਲ ਜਾਂਦਾ ਹੁਣ ਚਾਪਰ ਆ ਗਏ ਨੇ ਹਾਂ ਓਏ ਇਹਦੇ ਚ ਕੱਟਾ ਵੀ ਵਿੱਚ ਹੈ ਮਿੱਟੀ ਵੀ ਵਿੱਚ ਹੈ ਸਭ ਕੁਝ ਵਿੱਚ ਹੈ ਇਹ ਹੈ ਨੁਕਸਾਨ ਦੇਵੇ ਹਾਂ ਲੇਕਿਨ ਹੁਣ ਮਜਬੂਰੀਆਂ ਲੈ ਫੇ ਕੀ ਕਰੇ ਬਸ ਬਹਰ ਹਾਲ ਥ੍ਰੈਸ਼ਰ ਤੋਂ ਫੇਰ ਜਦੋਂ ਅਗਲੀ ਤਰੱਕੀ ਆਈ ਸਾਡੀ ਕਾਸ਼ਤਕਾਰੀ ਦੇ ਵਿੱਚ ਓਏ ਇਹ ਕਿ ਇਹ ਹਾਰਵੈਸਟਰ ਮਸ਼ੀਨਾ ਆ ਗਈਆਂ ਜਿਹੜੀਆਂ ਕਿ ਅੱਜ ਕੱਲ੍ਹ ਚਲਦਿਆਂ ਤੁਸੀਂ ਅਕਸਰ ਵੇਖੀਆਂ ਹੋਣੀਆਂ ਨੇ ਵੱਡੀ ਮਸ਼ੀਨ ਇਹ ਸਾਡੀ ਸਕਰੀਨ ਦੇ ਉੱਤੇ ਵੀ ਤੁਸੀਂ ਵੇਖ ਰਹੇ ਹੋ ਹਾਰਵੈਸਟਰ ਮਸ਼ੀਨ ਨੂੰ ਕਟਾਈ ਕਰਦਿਆਂ ਜਦੋਂ ਹਾਰਵੈਸਟਰ ਮਸ਼ੀਨਾ ਆਈਆਂ ਤੇ ਇਹਨਾਂ ਇੱਕ ਕਿੱਲੇ ਦੀ ਫਸਲ ਨੂੰ ਇੱਕ ਘੰਟੇ ਦੇ ਵਿੱਚ ਕੱਟਣਾ ਸ਼ੁਰੂ ਕਰ ਦਿੱਤਾ ਹੁਣ ਉਹ ਵਾੜਿਆਂ ਦੇ ਨਾਲ ਜਿਹੜੀ ਕਟਾਈ ਹੁੰਦੀ ਸੀ ਉਹਨਾਂ ਵਾੜਿਆਂ ਤੋਂ ਵੀ ਸਾਡੇ ਕਾਸ਼ਤਕਾਰ ਦੀ ਜ਼ਿੰਮੇਦਾਰ ਦੀ ਜਾਨ ਛੁੱਟ ਗਈ ਲੇਕਿਨ ਇੱਕ ਨੁਕਸਾਨ ਇਹ ਹੋਇਆ ਕਿ ਉਹ ਕਟਾਈ ਕਰਨ ਵਾਲੇ ਜਿਹੜੇ ਵਾੜੇ ਸਨ ਉਹ ਬੇਰੋਜ਼ਗਾਰ ਹੋ ਗਏ ਇਹਨਾਂ ਮਸ਼ੀਨਾਂ ਨੇ ਕਟਾਈ ਵੀ ਆਪੇ ਕਰ ਲੈਣੀ ਕਿੱਲੇ ਦੀ ਕਨਕ ਦੀ ਔਰ ਉਹਦੇ ਵਿੱਚੋਂ ਉਹਦਾ ਕਨਕ ਜਿਹੜੀ ਹੈ ਉਹ ਵੀ ਬਾਹਰ ਕੱਢ ਲੈਣੀ ਤੇ ਇਹਦੇ ਵਿੱਚ ਹਾਰਵੈਸਟਰ ਦੇ ਇੱਕ ਪੜੋਲਾ ਬਣਿਆ ਹੁੰਦਾ ਉਹਦੇ ਵਿੱਚੋਂ ਕਨਕ ਸੇਫ ਹੁੰਦੀ ਜਾਣੀ ਤੇ ਜਾ ਕੇ ਬਾਅਦ ਵਿੱਚ ਜਦੋਂ ਕਿੱਲੇ ਪੂਰੇ ਦੀ ਕਟਾਈ ਹੋ ਜਾਣੀ ਤੇ ਟਰਾਲੀ ਦੇ ਵਿੱਚ ਉਹਨੇ ਲੋਦ ਦੇਣੀ ਹਾਰਵੈਸਟਰ ਮਸ਼ੀਨ ਨੇ ਇਹਦਾ ਇਹ ਨੁਕਸਾਨ ਸੀ ਕਿ ਜਿਹੜਾ 나ੜ ਥੱਲੇ ਰਹਿ ਜਾਂਦਾ ਸੀ ਕਨਕ ਦਾ ਉਤੋਂ ਸਿੱਟੇ ਕੱਟ ਲੈਂਦੀ ਸੀ ਉਹ 나ੜ ਦੇ ਵਾਸਤੇ ਫੇਰ ਇੱਕ ਹੋਰ ਮਸ਼ੀਨ ਜਿਹਨੂੰ ਕਿ ਚਾਪਰ ਮਸ਼ੀਨ ਆਖਦੇ ਨੇ ਉਹ ਦਰਕਾਰ ਹੁੰਦੀ ਸੀ ਉਹਦੇ ਨਾਲ ਫੇਰ 나ੜ ਤੋਂ ਤੂੜੀ ਬਣਾਈ ਜਾਂਦੀ ਸੀ ਜਿਹਦੇ ਬਾਰੇ ਹਾਜੀ ਸਾਹਿਬ ਹੋਰ ਦੱਸਿਆ ਕਿ ਉਹ ਤੂੜੀ ਐਡੀ ਸਾਫ਼ ਨਹੀਂ ਸੀ ਹੁੰਦੀ ਉਹਦੇ ਵਿੱਚ ਮਿੱਟੀ ਘਟਾ ਵੀ ਰਲ ਜਾਂਦਾ ਹੁੰਦਾ ਸੀ ਹੁਣ ਪਿਆਰਿਓ ਇੱਕ ਹੋਰ ਜਦੀਦ ਤਰੀਨ ਹਾਰਵੈਸਟਰ ਮਸ਼ੀਨ ਆਈ ਹੈ ਉਹਦੇ ਸਾਡੇ ਕਾਸ਼ਤਕਾਰ ਨੂੰ ਕੀ ਫਾਇਦੇ ਨੇ ਇਹ ਖਾਨ ਸਾਹਿਬ ਹੋਰਾਂ ਨੂੰ ਪੁੱਛਣਿਆ ਖਾਨ ਸਾਹਿਬ ਹੁਣ ਜਿਹੜੀ ਮਸ਼ੀਨ ਆਈ ਏ ਉਹ ਸੁਣਿਆ ਕਿ ਹੁਣ ਚਾਪਰ ਮਸ਼ੀਨ ਦੀ ਵੀ ਲੋੜ ਕੋਈ ਨਹੀਂ ਉਹਦਾ ਇਹ ਫਾਇਦਾ ਜੇ ਕਿ ਇੱਕ ਤੋਂ ਇੱਕ ਘੰਟੇ ਦੇ ਵਿੱਚ ਇੱਕ ਕਿਲੇ ਦੀ ਕਟਾਈ ਕਰ ਲੈਂਦੀ ਹੈ ਜੀ ਦੂਸਰਾ ਇਹ ਕਿ ਉਹਦੇ ਵਿੱਚ ਹੀ ਖਾਣਾ ਬਣਿਆ ਤੂੜੀ ਬਣਾਉਣ ਵਾਲਾ ਅੱਛਾ ਉਹਦੇ ਨਾਲ ਹੀ ਟਰਾਲੀ ਲੱਗ ਕੇ ਅੱਗੇ ਕਣਕ ਕੱਟੀ ਜਾਂਦੀ ਹੈ ਤੇ ਪਿੱਛੇ ਉਹ ਤੂੜੀ ਬਣੀ ਜਾਂਦੀ ਹੈ ਅੱਛਾ ਇੱਕ ਤੇ ਫਿਊਲ ਦਾ ਬੜਾ ਫਾਇਦਾ ਹੈ ਹਾਂ ਤੇ ਦੂਜਾ ਟਾਈਮ ਬੜਾ ਬਚਦਾ ਹੈ ਤੇ ਚਾਪਰ ਦੀ ਜਿਹੜੀ ਹੈ ਨਾ ਉਹ ਜਿਹੜੀ ਕਮੀ ਹੈ ਨਾ ਉਹ ਦੂਰ ਹੋ ਗਈ ਕਮੀ ਦੂਰ ਹੋ ਗਈ ਹੈ ਤੇ ਇਹੋ ਹੀ ਇੱਕੋ ਹੀ ਮਸ਼ੀਨ ਇੱਕੋ ਹੀ ਮਸ਼ੀਨ ਇੱਕ ਕੰਟੇ ਦੇ ਵਿੱਚ ਇੱਕ ਕਿੱਲੇ ਨੂੰ ਜਿਹੜਾ ਉਹਦੀ ਕਟਾਈ ਵੀ ਕਰਦੀ ਹੈ ਉਹਦੇ ਦਾਣੇ ਵੀ ਕਰਦੀ ਹੈ ਉਹਦੀ ਤੂੜੀ ਵੀ ਬਣਾ ਦਿੰਦੀ ਇਹ ਬਹੁਤ ਜ਼ਿਆਦਾ ਸਹੂਲਤ ਹੋ ਗਈ ਲੇਕਿਨ ਇਹ ਵੇ ਕਿ ਜਿਸ ਵੇਲੇ ਸਾਡੀਆਂ ਪੁਰਾਣੇ ਜ਼ਮਾਨੇ ਦੀਆਂ ਕਟਾਈਆਂ ਹੁੰਦੀਆਂ ਹਨ ਉਦੋਂ ਹਾਜੀ ਸਾਹਿਬ ਜਦੋਂ ਤੁਸੀਂ ਆਪ ਹੱਥੀ ਕਦੀ ਕੱਟਦੇ ਹੋ ਕਣਕ ਫਿਰ ਹੱਥੀ ਗਾਂਦੇ ਹੋ ਫਲਿਆਂ ਦੇ ਨਾਲ ਉਦੋਂ ਇੱਕ ਬੜੀਏ ਗੱਲ ਸੀ ਕਿ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਮਾਸ਼ਕੀਆਂ ਨੇ ਮਸ਼ਕ ਚੁੱਕੀ ਹੋਣੀ ਉਹਨਾਂ ਮਗਰਮਗਰ ਫਿਰਨਾ ਵਾਢਿਆਂ ਨੂੰ ਪਾਣੀ ਪਿਆਣਾ ਕਿਉਂਕਿ ਸਖਤ ਧੁੱਪ ਦੇ ਵਿੱਚ ਕਟਾਈਆਂ ਹੋ ਰਹੀਆਂ ਹੁੰਦੀਆਂ ਸਨ ਬਿਲਕੁਲ ਉਸ ਤੋਂ ਇਲਾਵਾ ਕੋਈ ਪਿੰਨੀਆਂ ਕੋ ਮਰੂੰਡਾ ਕੋਈ ਗਚਕ ਵੇਚਣ ਵਾਲੇ ਆ ਜਾਣਾ ਉੱਥੇ ਪੈਲੀਆਂ ਦੇ ਵਿੱਚ ਉਹਨਾਂ ਦਾ ਸੌਦਾ ਵੀ ਵਿਕ ਜਾਣਾ ਫਿਰ ਆਪ ਵੱਡੇ ਜ਼ਿੰਮੇਦਾਰਾਂ ਹਲਵਾਈ ਬਲਾਕ ਤੇ ਜਲੇਬੀਆਂ ਕਢਾਣੀਆਂ ਸ਼ੁਰੂ ਕਰ ਦੇਣੀਆਂ ਵੀ ਖਵਾਓ ਭਈ ਮੁੰਡਿਆਂ ਨੂੰ ਮਿਹਨਤ ਕਸ਼ ਜਿੰਨੇ ਖੇਤ ਮਜ਼ਦੂਰ ਲੱਗੇ ਹੁੰਦੇ ਹਨ ਉਹਨਾਂ ਨੂੰ ਖਵਾਣਾ ਉਹਦੇ ਨਾਲ ਕਈਆਂ ਦੇ ਰਿਜ਼ਕ ਚੱਲਦੇ ਹਨ ਬਹੁਤ ਜ਼ਿਆਦਾ ਰਿਜ਼ਕ ਚੱਲਦੇ ਹਨ ਜੀ ਉਹ ਇਹ ਮਾੜੇ ਮਾੜਿਆਂ ਦਾ ਵੀ ਰਿਜ਼ਕ ਜਿਹੜਾ ਹੀ ਨਾ ਉਹ ਇਸ ਤਰ੍ਹਾਂ ਹੀ ਪੈ ਚੱਲਦਾ ਸੀ ਮਾਛੀਆਂ ਦਾ ਨਾਹਿਆਂ ਦਾ ਜਿੰਨੇ ਮਜ਼ਦੂਰ ਸਨ ਉਹ ਰਿਜ਼ਕ ਜੂ ਇੱਥੋਂ ਹੀ ਖਾਂਦੇ ਹਨ ਪਹਿਲੇ ਹੁਣ ਉਹ ਜਿਹੜਾ ਮਸਲਾ ਉਹ ਸਾਰਾ ਖਤਮ ਹੋ ਗਿਆ ਜਿਉਂ ਜਿਉਂ ਇਹ ਜਗ੍ਹਾ ਮਸ਼ੀਨੀ ਨੇ ਦੌਰ ਨੇ ਮਸ਼ੀਨੀ ਦੌਰ ਆ ਗਿਆ ਉਹਨਾਂ ਸ਼ਹਿਰਾਂ ਦਾ ਰੁਖ ਕਰ ਲਿਆ ਉਹ ਕਾਰਖਾਨਿਆਂ 'ਚ ਮਿਹਨਤ ਮਜ਼ਦੂਰੀ ਵਾਸਤੇ ਚਲੇ ਗਏ ਨਹੀਂ ਜੀ ਜਦੋਂ ਦਾ ਮਸ਼ੀਨਾ ਹੀ ਇਹ ਹੁਣ ਦੌਰ ਆਇਆ ਹੋਰ ਲੇਟੈਸਟ ਉਹਦੇ ਨਾਲ ਸਭ ਤੋਂ ਪਹਿਲੇ ਤੇ ਇਹ ਹੋਇਆ ਨਾ ਕਿ ਵੇਖੋ ਚਲੋ ਜਿੰਨੀ ਦੇਰ ਤੱਕ ਫ੍ਰੈਸ਼ਰ ਵੀ ਸੀ ਉਨੀ ਦੇਰ ਤੱਕ ਕਰਵੀ ਨਹੀਂ ਜੀ ਥੱਲੇ ਤਰਪਾਲ ਵਿਛਾ ਕੇ ਤੇ ਕਨਕ ਦਾ ਢੇਰ ਕੀਤਾ ਜਾਂਦਾ ਸੀ ਬੋਲ ਤੇ ਲੱਗਦਾ ਸੀ ਬੋਲ ਲੱਗਦਾ ਸੀ ਪਤਾ ਲੱਗਦਾ ਸੀ ਖੂਬਸੂਰਤੀ ਪੈਦਾ ਹੁੰਦੀ ਸੀ ਸੇਪੀ ਆਉਂਦੇ ਹਨ ਲੱਗ ਹੀ ਆਉਂਦੇ ਸਨ ਹੁਣਰ ਬੰਦਾਂ ਨੂੰ ਮਾਲਿਆਂ ਨੂੰ ਮੁਗਰੀਬਾਂ ਨੂੰ ਮਸਕੀਨਾਂ ਨੂੰ ਸਦਕਾ ਖਰਾਤ ਵੀ ਮਿਲਦਾ ਸੀ ਲੱਗੀਆਂ ਸੇਪੀਆਂ ਨੂੰ ਉਹਨਾਂ ਦਾ ਹਿੱਸਾ ਮਿਲਦਾ ਸੀ ਜੀ ਜੀ ਹੁਣ ਜਨਾਬ ਇਹ ਹੋਇਆ ਕਿ ਹੁਣ ਹਾਰਵੈਸਟਰ ਕਨਕ ਸਿੱਧੀ ਟਰਾਲੀ 'ਚ ਲੱਦਦਾ ਤੇ ਟਰਾਲੀ ਸਿੱਧੀ ਜਾਂ ਜ਼ਮੀਦਾਰ ਕਾਸ਼ਤਕਾਰ ਦੇ ਘਰ ਟੁਰ ਜਾਂਦੀਏ ਤੇ ਜਾਂ ਮੰਡੀ ਟੁਰ ਜਾਂਦੀ ਹੁਣ ਉਹ ਜਿੰਨੇ ਗਰੀਬ ਗੁਰਬਾ ਵਿੱਚ ਖਾਂਦੇ ਹਨ ਉਹਨਾਂ ਸਾਰਿਆਂ ਦਾ ਹੱਕ ਮਾਰਿਆ ਗਿਆ ਜਿਹੜਾ ਸਾਡਾ ਜ਼ਮੀਦਾਰ ਤੇ ਕਾਸ਼ਤਕਾਰ ਸੀ ਜਿੱਦੀ ਜਿਹੜੇ ਪੁਰਾਣੇ ਜ਼ਮੀਦਾਰ ਸਨ ਉਹ ਆਪਣੇ ਸਾਰੇ ਪਿੰਡ ਨੂੰ ਖਵਾ ਕੇ ਰਜਾ ਕੇ ਤੇ ਬਾਅਦ ਵਿੱਚ ਨਾਲ ਖੁਸ਼ ਹੁੰਦਾ ਹੀ ਜ਼ਮੀਦਾਰ ਹਾਂ ਖੋਸ਼ ਹੁੰਦਾ ਇਹ ਸਾਡੇ ਦੇਸ਼ ਪੰਜਾਬ ਦਾ ਇੱਕ ਮਹਾਨਦਰਾ ਸੀ ਇੱਕ ਬੜੀ ਸੋਹਣੀ ਰੀਤ ਸੀ ਇੱਕ ਸਕਾਫਤ ਸੀ ਇਹ ਹੁਣ ਜਿਹੜੀ ਖਤਮ ਹੁੰਦੀ ਜਾ ਰਹੀ ਹੈ ਤੇ ਬਾਰੇ ਤੁਸੀਂ ਕੀ ਆਖਦੇ ਅੱਗੇ ਤੇ ਮਤਲਬ ਹਰ ਜ਼ਿਮੀਂਦਾਰ ਕਾਸ਼ਤਕਾਰ ਜਿਹੜਾ ਆਪੀ ਕਾਸ਼ਤ ਕਰਦਾ ਸੀ ਉਹ ਗਰੀਬਾਂ ਮਸਕੀਨਾਂ ਨੂੰ ਦਿੰਦਾ ਸੀ ਜੀ ਲੇਕਿਨ ਹੁਣ ਇਹ ਵੇ ਕਿ ਛੋਟੇ ਛੋਟੇ ਕਾਸ਼ਤਕਾਰ ਤੇ ਨਹੀਂ ਕਰਦੇ ਇਸ ਪ੍ਰੋਸੈਸ ਨਾਲ ਉਹ ਜਿਹੜਾ ਵੱਡੇ ਜਿਨ੍ਹਾਂ ਨੂੰ ਹਜ਼ਰਤ ਲਾਮਾ ਇਕਬਾਲ ਨੇ ਜਿਵੇਂ ਆਖਿਆ ਸੀ ਕਿ ਇਨਸਾਨ ਕੀ ਹੈ ਮੌਤ ਮਸ਼ੀਨੋਂ ਕੀ ਹਕੂਮਤ ਇਹਦਾ ਮਤਲਬ ਹੈ ਮਾਲਿਆ ਦੁਬੜਿਆਂ ਦਾ ਰਿਜ਼ਕ ਵੀ ਮਸ਼ੀਨਾਂ ਹੀ ਖਾ ਗਈਆਂ ਇਹ ਵੀ ਆ ਜੀ ਸਾਹਿਬ ਇਹ ਗੱਲ ਲੇਕਿਨ ਅੱਲਾਹ ਪਾਕ ਨੇ ਜਿਨ੍ਹਾਂ ਨੂੰ ਦਿੱਤਾ ਹੈ ਜਿਹੜੇ ਵੱਡੇ ਜ਼ਿਮੀਦਾਰ ਨੇ ਉਹ ਅਜੇ ਵੀ ਮਾੜਿਆਂ ਦੁਪੜਿਆਂ ਦਾ ਖਿਆਲ ਰੱਖਦੇ ਨੇ ਉਹਨਾਂ ਦੀ ਦਲੀਜ ਤੱਕ ਆਪ ਪਹੁੰਚਾਉਂਦੇ ਨੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਔਰ ਉਹ ਸਮਝਦੇ ਨੇ ਕਿ ਅੱਲਾਹ ਪਾਕ ਨੇ ਸਾਨੂੰ ਨਵਾਜ਼ਿਆ ਔਰ ਉਹਦੀਆਂ ਸ਼ਫਕਤਾਂ ਨਾਲ ਸਾਡੇ ਤੇ ਮਿਹਰਬਾਨੀ ਹੈ ਤੇ ਉਹ ਵੀ ਮਾੜਿਆਂ ਤੇ ਹੱਥ ਰੱਖਦੇ ਨੇ ਤੇ ਜਿਹੜੇ ਨਹੀਂ ਰੱਖਦੇ ਉਹਨਾਂ ਨੂੰ ਵੀ ਅੱਲਾ ਪਾਕ ਤੋਫੀਕ ਦੇਵੇ ਕਿ ਆਪਣੇ ਦਿੱਤੇ ਰੱਬ ਦੇ ਰਿਜ਼ਕ ਚੋਂ ਉਹ ਵੀ ਗਰੀਬਾਂ ਮਸਕੀਨਾਂ ਨੂੰ ਦੇਣ ਤੇ ਉਹਨਾਂ ਦੀਆਂ ਖੁਸ਼ੀਆਂ ਤੇ ਸ਼ਾਮਲ ਹੋਣ ਵਾ ਵਾ ਲੋ ਜੀ ਸਾਹਿਬੋ ਤੁਸੀਂ ਸਾਡੇ ਬਜ਼ੁਰਗਾਂ ਦੀਆਂ ਸਾਡੇ ਜ਼ਿੰਮੇਦਾਰਾਂ ਦੀਆਂ ਸਾਡੇ ਕਾਸ਼ਤਕਾਰਾਂ ਦੀਆਂ ਗੱਲਾਂ ਸੁਣੀਆਂ ਇਹ ਅੱਲਾ ਪਾਕ ਦਾ ਬੜਾ ਹੀ ਇਨਾਮ ਹੈ ਜਿਹੜਾ ਅੱਲਾ ਪਾਕ ਨੇ ਇਨਸਾਨਾਂ ਦੇ ਵਾਸਤੇ ਗੰਧਮ ਦੀ ਫਸਲ ਪੈਦਾ ਕੀਤੀ ਪਿਆਰਿਓ ਪੂਰੇ ਸਾਲ ਦੀਆਂ ਰੋਟੀਆਂ ਅੱਲਾ ਪਾਕ ਇਸੇ ਫਸਲ ਰਾਈ ਸਾਨੂੰ ਦਿੰਦਾ ਹੈ ਅਸੀਂ ਇਹਨਾਂ ਵਾਹ ਇੱਕ ਸਾੰ ਦੇ ਸਾਲਨ ਸਲੂਣੇ ਖਾਣੇ ਆ ਲੇਕਿਨ ਨਾਲ ਰੋਟੀ ਖਾਣੀ ਹੁੰਦੀ ਐ ਸਾ ਨਾਨ ਖਾਣਾ ਹੁੰਦਾ ਫਿਰ ਕਨਕ ਤੋਂ ਹੀ ਚਪਾਤੀ ਤੋਂ ਇਲਾਵਾ ਮੈਦਾ ਦਲੀਆ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਣਦੀਆਂ ਨੇ ਔਰ ਇਨਸਾਨ ਉਹਨਾਂ ਨੂੰ ਇਸਤੇਮਾਲ ਕਰਦੇ ਨੇ ਸਾਹਿਬੋ ਇਹ ਕਨਕ ਦੀ ਓਈ ਫਸਲ ਐ ਜਿਹੜੀ ਇਨਸਾਨਾਂ ਲਈ ਕਨਕ ਪੈਦਾ ਕਰਦੀ ਐ ਔਰ ਜਾਨਵਰਾਂ ਦੇ ਵਾਸਤੇ ਬੂਸਾ ਤੇ ਤੂੜੀ ਜਿੰਨੂੰ ਅਸੀਂ ਆਖਨੇ ਆ ਇਹ ਵੀ ਪੂਰੇ ਸਾਲ ਦੇ ਵਾਸਤੇ ਸਾਡੇ ਜ਼ਿੰਮੇਦਾਰ ਸਾਡੇ ਮੋਵੇਸ਼ੀ ਪਾਲ ਹਜ਼ਰਾਤ ਸਟਾਕ ਕਰ ਲੈਂਦੇ ਨੇ ਔਰ ਪੂਰਾ ਸਾਲ ਅਸੀਂ ਫਿਰ ਆਪਣੇ ਮਾਲ ਮੋਵੇਸ਼ੀਆਂ ਨੂੰ ਗੋਤਾਵੇ ਕਰਦੇ ਰਹਿੰਦੇ ਆ ਉਹਨਾਂ ਦੇ ਚਾਰੇ ਦੇ ਵਿੱਚ ਰਲਾ ਕੇ ਮਿਕਸ ਕਰਕੇ ਉਹਨਾਂ ਨੂੰ ਬੂਸਾ ਤੇ ਤੂੜੀ ਖਵਾਉਂਦੇ ਰਹਿੰਦੇ ਆ ਯਾਨੀ ਵੇਖੋ ਅੱਲਾ ਪਾਕ ਦਾ ਇਨਾਮ ਕਿ ਇਨਸਾਨਾਂ ਦੇ ਵਾਸਤੇ ਵੀ ਤੇ ਜਾਨਵਰਾਂ ਦੇ ਵਾਸਤੇ ਵੀ ਇਹ ਇੱਕੋ ਹੀ ਫਸਲ ਜਿਹੜੀ ਹੈ ਇਹ ਰਜ਼ਕ ਏ ਔਰ ਅੱਲਾਹ ਪਾਕ ਇਹਦੇ ਵਿੱਚ ਮਜ਼ੀਦ ਵਾਧਾ ਕਰੇ ਸਾਡਾ ਇੱਕ ਜ਼ਰੀ ਮੁਲਕ ਏ ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਜ਼ਰਾਤ ਦੇ ਵਿੱਚ ਖੁਸ਼ਹਾਲ ਤੇ ਖੁਦ ਕਫੀਲ ਕਰੇ ਸਾਹਿਬੋ ਸਾਡੀ ਮੈਅਸ਼ਤ ਜ਼ਰਾਤ ਦੇ ਉੱਤੇ ਬੇਸ ਕਰਦੀ ਏ ਔਰ ਸਾਡੇ ਜ਼ਿਮੀਦਾਰ ਨੂੰ ਬੇਸ਼ੱਕ ਬਹੁਤ ਜ਼ਿਆਦਾ ਮੁਸਾਇਬ ਤੇ ਮਸਾਇਲ ਦਾ ਸਾਹਮਣਾ ਏ ਲੇਕਿਨ ਇਸ ਦੇ ਬਾਵਜੂਦ ਉਹ ਹਰ ਵੇਲੇ ਆਪਣੇ ਪਾਕਿਸਤਾਨ ਦੀ ਔਰ ਆਪਣੇ ਪਾਕਿਸਤਾਨੀਆਂ ਦੀ ਖਿਦਮਤ ਦੇ ਵਾਸਤੇ ਕਮਰ ਬਸਤਾ ਰਹਿੰਦਾ ਹੈ ਸਲਾਮ ਹੈ ਆਪਣੇ ਕਾਸ਼ਤਕਾਰਾਂ ਨੂੰ ਵੀ ਤੇ ਤਰਲਾ ਹੈ ਸਾਡਾ ਆਪਣੇ ਹਕੂਮਤ ਦੇ ਅੱਗੇ ਕਿ ਸਾਡੇ ਕਾਸ਼ਤਕਾਰ ਜਿਹੜੇ ਨੇ ਉਹਨਾਂ ਦੇ ਮਸਾਇਲ ਨੂੰ ਤਰਜੀਹੀ ਬੁਨਿਆਦਾਂ ਦੇ ਉੱਤੇ ਹੱਲ ਕਰਨ ਦੇ ਵਾਸਤੇ ਹੁਕਮਰਾਨ ਮਨਸੂਬਾ ਸਾਜ਼ੀਆਂ ਕਰਨ ਇਹ ਪਿਛਲੇ ਮਹੀਨੇ ਦੇ ਵਿੱਚ ਹੋਣ ਵਾਲੀਆਂ ਬਾਰਸ਼ਾਂ ਤੇ ਹਨੇਰੀਆਂ ਨੇ ਸਾਡੀ ਕਣਕ ਦੀ ਫਸਲ ਨੂੰ ਬੜਾ ਨੁਕਸਾਨ ਪਹੁੰਚਾਇਆ ਮੌਸਮੀاتی ਤਗਯੀਰਤਾਂ ਤੇ ਤਬਦੀਲੀਆਂ ਜਿਹੜੀਆਂ ਨੇ ਉਹਨਾਂ ਤੋਂ ਵੀ ਬਾਖਬਰ ਰੱਖਣ ਦੇ ਵਾਸਤੇ ਜ਼ਿੰਮੇਦਾਰ ਨੂੰ ਸਾਡੇ ਮਹਿਕਮਾਏ ਜ਼ਰਾਤ ਨੂੰ ਤੇ ਦੀਗਰ ਮਹਿਕਮਾਜਾਤ ਜਿਹੜੇ ਇਹਦੇ ਮੁਤਲਕਾ ਨੇ ਸਾਡਾ ਮਹਿਕਮਾਏ ਖੁਰਾਕ ਏ ਜਾਂ ਹੋਰ ਜ਼ਿਲਈ ਇੰਤਜ਼ਾਮੀਆਂ ਉਹਨਾਂ ਨੂੰ ਸਾਡੇ ਕਾਸ਼ਤਕਾਰ ਨੂੰ ਗਾਈਡ ਕਰਨਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਜਾ ਜਾ ਕੇ ਮੌਕੇ ਦੇ ਉੱਤੇ ਐਟ ਦੀ ਸਪਾਟ ਪਹੁੰਚ ਕੇ ਜ਼ਿਮੀਦਾਰਾਂ ਦੀ ਰਹਿਨਮਾਈ ਕਰਨੀ ਚਾਹੀਦੀ ਹੈ ਤਾਂ ਕਿ ਉਹ ਬਿਹਤਰ ਅੰਦਾਜ਼ ਦੇ ਵਿੱਚ ਫਸਲ ਉਗਾ ਸਕਣ ਤੇ ਬਾਅਦ ਵਿੱਚ ਉਹ ਫਸਲ ਫਿਰ ਸਾਡੇ ਕੰਮ ਆਵੇ ਨਾ ਕਿ ਸਾਨੂੰ ਇੱਕ ਜ਼ਰਾਈ ਮੁਲਕ ਹੋਣ ਦੇ ਬਾਵਜੂਦ ਦੀਗਰ ਮਮਾਲਕ ਤੋਂ ਗੰਧਮ ਇੰਪੋਰਟ ਕਰਨੀ ਪਵੇ ਕਰੇ ਸਾਡਾ ਅੱਜ ਦਾ ਵੀਲਾਗ ਮੈਂ ਬੜਾ ਖੁਸ਼ ਹਾਂ ਇਸ ਲਈ ਸਾਡੇ ਨੌਜਵਾਨਾਂ ਵਾਸਤੇ ਸਾਡੀ ਅਜੋਕੀ ਪੀੜੀ ਜਿਹੜੀ ਸਾਡੀ ਅੱਜ ਕੱਲ ਦੀ نسل ਹੈ ਉਹਨਾਂ ਦੇ ਵਾਸਤੇ ਬੜਾ ਇਨਫਰਮੇਟਿਵ ਹੈ ਉਹ ਖੁਸ਼ ਹੁੰਦੇ ਹੋਣਗੇ ਇਹ ਜਾਣ ਕੇ ਕਿ ਫਲਿਆਂ ਨਾਲ ਕਣਕ ਕਿਵੇਂ ਗਾਈ ਜਾਂਦੀ ਸੀ ਫਿਰ ਕਿਵੇਂ ਤਰੱਕੀ ਹੋਈ ਤੇ ਥਰੇਸ਼ਰ ਆਇਆ ਤੇ ਹੁਣ ਅਲhamdulillah ਹਾਰਵੈਸਟਰ ਮਸ਼ੀਨਾਂ ਦੇ ਨਾਲ ਬੜੀ ਇੱਕ ਜਦੀਦ ਤੇ ਜਿੱਦਤ ਤਰਾਜ਼ੀ ਦੇ ਦੌਰ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਸਾਡੇ ਕਾਸ਼ਤਕਾਰ ਜਿਹੜੇ ਨੇ ਉਹਨਾਂ ਵਾਸਤੇ ਕਾਫੀ ਜ਼ਰੀ ਔਲਾਦ ਦੀ ਸੂਰਤ 'ਚ ਅਸੁਵਿਧੀਆਂ ਵੀ ਪੈਦਾ ਹੋ ਚੁਕੀਆਂ ਹੋਈਆਂ ਨੇ ਇਹਦੇ ਨਾਲ ਹੀ ਸਾਨੂੰ ਦਿਓ ਹੁਣ ਇਜਾਜ਼ਤ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਰੌਣਕ ਹੋ ਜਾਊ ਚਾਟ